ਪੰਜਾਬ ਦੇ ਵਿੱਚ ਅਚਾਨਕ ਲੈਂਡ ਹੋਇਆ 에ਅਰ ਫੋਰਸ ਦਾ ਇਹ ਹੈਲੀਕਾਪਟਰ ਲੋਕ ਹੈਰਾਨ ਹੋ ਗਏ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਅਤੇ ਫੋਰਸਾਂ ਲੱਗੀਆਂ ਹੋਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਐਸੇ ਦਰਮਿਆਨ ਬਰਨਾਲਾ ਦੇ ਇੱਕ ਖੇਤ ਦੇ ਵਿੱਚ ਅਚਾਨਕ ਏਅਰ ਫੋਰਸ ਦਾ ਇਹ ਹੈਲੀਕਾਪਟਰ ਲੈਂਡ ਹੁੰਦਾ ਏ ਤਾਂ ਲੋਕ ਘਬਰਾ ਜਾਂਦੇ ਨੇ ਕਿ ਪਤਾ ਨਹੀਂ ਕੀ ਹੋਣ ਲੱਗਿਆ ਪਰ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਹੈਲੀਕਾਪਟਰ ਦੇ ਵਿੱਚ ਟੈਕਨੀਕਲ ਇਸ਼ੂ ਆ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਪਾਇਲਟਸ ਦੇ ਵੱਲੋਂ ਯੂ نو ਖਾਲੀ ਮੈਦਾਨ ਦੇ ਵਿੱਚ ਖਾਲੀ ਖੇਤ ਦੇ ਵਿੱਚ ਉਤਾਰਿਆ ਗਿਆ ਅਤੇ ਹੈਲੀਕਾਪਟਰ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਇੰਡੀਅਨ 에ਅਰ ਫੋਰਸ ਦੇ ਅਫੀਸ਼ੀਅਲਸ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਲੋਂਗੋਵਾਲ ਦਾ ਪਿੰਡ ਟੱਡਰੀਆਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇਸ ਥਾਂ ਤੇ ਇਹ ਚਨੂਕ ਹੈਲੀਕਾਪਟਰ ਜੋ ਕਿ ਇੰਡੀਅਨ 에ਅਰ ਫੋਰਸ ਦਾ ਕਾਫੀ ਮੰਨਿਆ ਹੋਇਆ ਅਤੇ ਪ੍ਰਸਿੱਧ ਹੈਲੀਕਾਪਟਰ ਹੈ ਜ਼ਿਆਦਾਤਰ ਚੰਡੀਗੜ੍ਹ ਵਾਲੇ ਇਲਾਕਿਆਂ ਦੇ ਵਿੱਚ ਉੜਦਾ ਹੋਇਆ ਇਹ ਦਿਖਾਈ ਦਿੰਦਾ ਹੈ ਅਤੇ ਅੱਜ ਵੀ ਇਹ ਹੈਲੀਕਾਪਟਰ ਕਿਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆਂਦਾ ਹੈ ਜਿਸ ਕਰਕੇ ਇਸ ਨੂੰ ਬਰਨਾਲਾ ਦੇ ਲੋਂਗੋਵਾਲ ਇਲਾਕੇ ਦੇ ਵਿੱਚ ਪਿੰਡ ਢੰਡਰੀਆਂ ਦੇ ਵਿੱਚ ਲੈਂਡ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਇਸ ਦੇ ਵਿੱਚ ਬੈਠਾ ਸਟਾਫ ਪਾਇਲਟ ਸਾਰੇ ਸੇਫ ਨੇ ਲੋਕ ਖੜੇ ਹੋਏ ਨੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਟੈਕਨੀਕਲ ਇਸ਼ੂ ਆਇਆ ਤੇ ਆਇਆ ਕਿੱਥੋਂ ਤਾਂ ਮੌਕੇ ਤੇ ਲੋਕ ਖੜ ਕੇ ਵੀਡੀਓਜ਼ ਬਣਾ ਰਹੇ ਨੇ ਜਿਹੜੀਆਂ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਈ ਲੋਕਾਂ ਦੇ ਵੱਲੋਂ ਇਸ ਨੂੰ ਨੈਗੇਟਿਵ ਤਰੀਕੇ ਦੇ ਨਾਲ ਵੀ ਚਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੰਡੀਅਨ 에ਅਰ ਫੋਰਸ ਆ ਗਈ ਹੈ ਪਰ ਇਹ ਸਭ ਖਬਰਾਂ ਝੂਠ ਨੇ ਹੈਲੀਕਾਪਟਰ ਦੇ ਵਿੱਚ ਪਰੇਸ਼ਾਨੀ ਆ ਗਈ ਸੀ ਹੈਲੀਕਾਪਟਰ ਦੇ ਵਿੱਚ ਕੋਈ ਦਿੱਕਤ ਆ ਗਈ ਸੀ ਜਿਸ ਕਰਕੇ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਖਾਲੀ ਪਲਾਟ ਦੇ ਅੰਦਰ ਇੱਕ ਖਾਲੀ ਗਰਾਊਂਡ ਦੇ ਅੰਦਰ ਇਸ ਨੂੰ ਲੈਂਡ ਕਰਵਾਇਆ ਗਿਆ ਜਿੱਥੇ ਹੁਣ ਲੋਕ ਇਕੱਠੇ ਹੋ ਗਏ ਨੇ ਲੋਕਾਂ ਦੇ ਵੱਲੋਂ ਪਹਿਲਾਂ ਕਦੇ ਵੀ ਇਸ ਤਰੀਕੇ ਦਾ ਹੈਲੀਕਾਪਟਰ ਨਹੀਂ ਵੇਖਿਆ ਗਿਆ ਸੀ ਤਾਂ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਏ ਇਸ ਹੈਲੀਕਾਪਟਰ ਨੂੰ ਦੇਖਣ ਦੇ ਲਈ ਬੱਚੇ ਬਜ਼ੁਰਗ ਅਤੇ ਨੌਜਵਾਨ ਇਕੱਠੇ ਹੋ ਰਹੇ ਨੇ ਸੰਗਰੂਰ ਦੇ ਲੋਂਗੋਵਾਲ ਥਾਣਾ ਦੇ ਅੰਦਰ ਢੰਡਰੀਆ ਪਿੰਡ 'ਚ ਇਸ ਨੂੰ ਲੈਂਡ ਕਰਵਾਇਆ ਗਿਆ ਕਿਉਂਕਿ ਇਸ ਹੈਲੀਕਾਪਟਰ ਦੇ ਵਿੱਚ ਟੈਕਨੀਕਲ ਇਸ਼ੂ ਆ ਗਿਆ ਸੀ ਡਰਨ ਦੀ ਕੋਈ ਲੋੜ ਨਹੀਂ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸੰਗਰੂਰ ਦੇ ਲੋਂਗੋਵਾਲ ਪਿੰਡ ਦੇ ਢੰਡਰੀਆ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਅਚਾਨਕ ਲੈਂਡ ਹੋਇਆ 에ਅਰ ਫੋਰਸ ਦਾ ਇਹ ਹੈਲੀਕਾਪਟਰ ਲੋਕ ਹੈਰਾਨ ਹੋ ਗਏ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਅਤੇ ਫੋਰਸਾਂ ਲੱਗੀਆਂ ਹੋਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਐਸੇ ਦਰਮਿਆਨ ਬਰਨਾਲਾ ਦੇ ਇੱਕ ਖੇਤ ਦੇ ਵਿੱਚ ਅਚਾਨਕ ਏਅਰ ਫੋਰਸ ਦਾ ਇਹ ਹੈਲੀਕਾਪਟਰ ਲੈਂਡ ਹੁੰਦਾ ਏ ਤਾਂ ਲੋਕ ਘਬਰਾ ਜਾਂਦੇ ਨੇ ਕਿ ਪਤਾ ਨਹੀਂ ਕੀ ਹੋਣ ਲੱਗਿਆ ਪਰ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਹੈਲੀਕਾਪਟਰ ਦੇ ਵਿੱਚ ਟੈਕਨੀਕਲ ਇਸ਼ੂ ਆ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਪਾਇਲਟਸ ਦੇ ਵੱਲੋਂ ਯੂ نو ਖਾਲੀ ਮੈਦਾਨ ਦੇ ਵਿੱਚ ਖਾਲੀ ਖੇਤ ਦੇ ਵਿੱਚ ਉਤਾਰਿਆ ਗਿਆ ਅਤੇ ਹੈਲੀਕਾਪਟਰ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਹੈ ਇੰਡੀਅਨ 에ਅਰ ਫੋਰਸ ਦੇ ਅਫੀਸ਼ੀਅਲਸ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਲੋਂਗੋਵਾਲ ਦਾ ਪਿੰਡ ਟਡਰੀਆਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇਸ ਥਾਂ ਤੇ ਇਹ ਚਨੂਕ ਹੈਲੀਕਾਪਟਰ ਜੋ ਕਿ ਇੰਡੀਅਨ 에ਅਰ ਫੋਰਸ ਦਾ ਕਾਫੀ ਮੰਨਿਆ ਹੋਇਆ ਅਤੇ ਪ੍ਰਸਿੱਧ ਹੈਲੀਕਾਪਟਰ ਹੈ ਜ਼ਿਆਦਾਤਰ ਚੰਡੀਗੜ੍ਹ ਵਾਲੇ ਇਲਾਕਿਆਂ ਦੇ ਵਿੱਚ ਉੜਦਾ ਹੋਇਆ ਇਹ ਦਿਖਾਈ ਦਿੰਦਾ ਹੈ ਅਤੇ ਅੱਜ ਵੀ ਇਹ ਹੈਲੀਕਾਪਟਰ ਕਿਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆਂਦਾ ਹੈ ਜਿਸ ਕਰਕੇ ਇਸ ਨੂੰ ਬਰਨਾਲਾ ਦੇ ਲੋਂਗੋਵਾਲ ਇਲਾਕੇ ਦੇ ਵਿੱਚ ਪਿੰਡ ਢੰਡਰੀਆਂ ਦੇ ਵਿੱਚ ਲੈਂਡ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਇਸ ਦੇ ਵਿੱਚ ਬੈਠਾ ਸਟਾਫ ਪਾਇਲਟ ਸਾਰੇ ਸੇਫ ਨੇ ਲੋਕ ਖੜੇ ਹੋਏ ਨੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਟੈਕਨੀਕਲ ਇਸ਼ੂ ਆਇਆ ਤੇ ਆਇਆ ਕਿੱਥੋਂ ਤਾਂ ਮੌਕੇ ਤੇ ਲੋਕ ਖੜਕੇ ਵੀਡੀਓਜ਼ ਬਣਾ ਰਹੇ ਨੇ ਜਿਹੜੀਆਂ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਈ ਲੋਕਾਂ ਦੇ ਵੱਲੋਂ ਇਸ ਨੂੰ ਨੈਗੇਟਿਵ ਤਰੀਕੇ ਦੇ ਨਾਲ ਵੀ ਚਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੰਡੀਅਨ 에ਅਰ ਫੋਰਸ ਆ ਗਈ ਹੈ ਪਰ ਇਹ ਸਭ ਖਬਰਾਂ ਝੂਠ ਨੇ ਹੈਲੀਕਾਪਟਰ ਦੇ ਵਿੱਚ ਪਰੇਸ਼ਾਨੀ ਆ ਗਈ ਸੀ ਹੈਲੀਕਾਪਟਰ ਦੇ ਵਿੱਚ ਕੋਈ ਦਿੱਕਤ ਆ ਗਈ ਸੀ ਜਿਸ ਕਰਕੇ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਖਾਲੀ ਪਲਾਟ ਦੇ ਅੰਦਰ ਇੱਕ ਖਾਲੀ ਗਰਾਊਂਡ ਦੇ ਅੰਦਰ ਇਸ ਨੂੰ ਲੈਂਡ ਕਰਵਾਇਆ ਗਿਆ ਜਿੱਥੇ ਹੁਣ ਲੋਕ ਇਕੱਠੇ ਹੋ ਗਏ ਨੇ ਲੋਕਾਂ ਦੇ ਵੱਲੋਂ ਪਹਿਲਾਂ ਕਦੇ ਵੀ ਇਸ ਤਰੀਕੇ ਦਾ ਹੈਲੀਕਾਪਟਰ ਨਹੀਂ ਵੇਖਿਆ ਗਿਆ ਸੀ ਤਾਂ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਏ ਇਸ ਹੈਲੀਕਾਪਟਰ ਨੂੰ ਦੇਖਣ ਦੇ ਲਈ ਬੱਚੇ ਬਜ਼ੁਰਗ ਅਤੇ ਨੌਜਵਾਨ ਇਕੱਠੇ ਹੋ ਰਹੇ ਨੇ ਸੰਗਰੂਰ ਦੇ ਲੋਂਗੋਵਾਲ ਥਾਣਾ ਦੇ ਅੰਦਰ ਢੰਡਰੀਆ ਪਿੰਡ 'ਚ ਇਸ ਨੂੰ ਲੈਂਡ ਕਰਵਾਇਆ ਗਿਆ ਕਿਉਂਕਿ ਇਸ ਹੈਲੀਕਾਪਟਰ ਦੇ ਵਿੱਚ ਟੈਕਨੀਕਲ ਇਸ਼ੂ ਆ ਗਿਆ ਸੀ ਡਰਨ ਦੀ ਕੋਈ ਲੋੜ ਨਹੀਂ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸੰਗਰੂਰ ਦੇ ਲੋਂਗੋਵਾਲ ਪਿੰਡ ਦੇ ਢੰਡਰੀਆ ਤੋਂ ਸਾਹਮਣੇ ਆ ਰਹੀ ਹੈ